ਗੁੱਡ ਮਾਰਨਿੰਗ ਵੀ ਸਾਰਿਆਂ ਨੂੰ। ਉਮੀਦ ਆ ਕੱਲ੍ਹ ਵਾਲਾ ਵਲੋਗ ਤੁਸੀਂ ਇੰਜੋਏ ਕੀਤਾ ਹੋਊਗਾ। ਅਤੇ ਅਸੀਂ ਰਾਤੀ ਰੁਕੇ ਸੀ ਨੱਡੀ, ਅਤੇ ਹੁਣ ਟਾਈਮ ਹੋ ਚੁੱਕਿਆ 8, ਆਪਾਂ ਥੋੜ੍ਹਾ ਲੇਟ ਹੋ ਗਏ ਕਿਉਂਕਿ ਬਾਈ ਨੇ ਲੇਟ ਠਾਲਿਆ ਮੈਨੂੰ। ਹਾਂਜੀ ਵੀ ਦੋਸਤੋ, ਤੁਸੀਂ ਦੇਖ ਰਹੇ ਹੋ ਦਿਆਕਰਨ ਵਲੋਗਸ, ਜਿਹੜੇ ਨਵੇਂ ਨੇ ਮੇਰੇ ਚੈਨਲ ਦੇ ਉੱਤੇ, ਅਤੇ ਤੁਸੀਂ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਪਹਿਲਾਂ ਤਾਂ ਉਹ ਕਰ ਲੈਣ, ਅਤੇ ਬੈੱਲ ਬਟਨ ਵੀ ਜ਼ਰੂਰ ਪ੍ਰੈੱਸ ਕਰਿਓ ਕਿਉਂਕਿ ਤੁਹਾਨੂੰ ਮੇਰੀ ਨਵੀਆਂ ਵੀਡੀਓਜ਼ ਦੀ ਇਨਫੋਰਮੇਸ਼ਨ ਮਿਲਦੀ ਰਹੂਗੀ। ਅਤੇ ਇਸ ਟਾਈਮ ਮੈਂ ਖੜਾ ਨੱਡੀ, ਇਹ ਸਾਰਾ ਮੇਰੇ ਪਿੱਛੇ ਜਿਹੜਾ ਵਿਊ ਆ ਇਹ ਨੱਡੀ ਦਾ ਆ, ਅਤੇ ਇਹਦੀ ਮੈਂ ਹੋਟਲ ਦੀ ਲੋਕੇਸ਼ਨ ਵੀ ਸ਼ੇਅਰ ਕਰੂੰਗਾ, ਤੁਸੀਂ ਲੈਣਾ ਚਾਹੋ ਤਾਂ ਇੱਥੇ ਆ ਕੇ ਰਹਿ ਵੀ ਸਕਦੇ ਹੋ। ਅਸੀਂ ਹੁਣ ਇੱਥੋਂ ਚੈੱਕਆਊਟ ਕਰਨ ਲੱਗੇ ਹਾਂ, ਅਤੇ ਇਹ ਜਿਹੜਾ ਰੂਮ ਸੀਗਾ ਸਾਨੂੰ ਇਹ ਕੋਈ 50% ਆਫ 'ਤੇ ਮਿਲਿਆ ਸੀਗਾ। ਵੈਸੇ ਇਹ ਰੂਮ 4,000 ਦਾ ਸੀਗਾ, ਅਤੇ ਬਾਕੀ ਤੁਸੀਂ ਵੀ ਇੱਥੇ ਆ ਸਕਦੇ ਹੋ, ਅਤੇ ਸੀਜ਼ਨ ਵੈਸੇ ਆਫ ਸੀਜ਼ਨ ਸੀਗਾ ਤਾਂ ਕਰਕੇ ਸ਼ਾਇਦ ਮਿਲ ਗਿਆ, ਅਤੇ ਤੁਸੀਂ ਔਨਲਾਈਨ ਵੀ ਦੇਖ ਸਕਦੇ ਹੋ, ਸਸਤੇ ਮਿਲ ਜਾਂਦੇ ਆ, ਵੈਬਸਾਈਟ ਹੈਗੀਆਂ ਜਿੱਦਾਂ ਮੇਕ ਮਾਈ ਟ੍ਰਿਪ ਹੈਗੀਆਂ। ਬ੍ਰੇਕਫਾਸਟ ਕਰ ਲਿਆ ਹੋਟਲ 'ਚੋਂ, ਇਹਨਾਂ ਨੇ ਸਾਨੂੰ ਕੰਪਲੀਮੈਂਟਰੀ ਦਿੱਤਾ ਸੀਗਾ, ਅਤੇ ਅਸੀਂ ਹੁਣ ਨਿਕਲਣ ਲੱਗੇ ਹਾਂ ਤ੍ਰਿਉਂਡਲੀ। ਟਾਈਮ 10 ਵੱਜ ਗਏ ਨੇ, ਅਤੇ ਇਹਨਾਂ ਦਾ ਐਡਰੈਸ ਆ। ਜਿਹੜਾ ਅਸੀਂ ਰਾਤੀ ਤੁਹਾਨੂੰ ਮੈਂ ਸਨਸੈਟ ਪੁਆਇੰਟ ਦਿਖਾਇਆ ਸੀਗਾ ਇੱਥੋਂ ਨੱਡੀ ਤੋਂ, ਤੁਹਾਨੂੰ ਉਹ ਦੁਬਾਰਾ ਦਿਖਾਉਣਾ ਦੇਣੇ ਕਿ ਇਹ ਸਾਰੇ ਦਾ ਸਾਰਾ ਸਨਸੈਟ ਪੁਆਇੰਟ ਆ, ਪਰ ਬਹੁਤ ਸੋਹਣਾ ਸਨਸੈਟ ਹੁੰਦਾ। ਇਹ ਨੱਡੀ ਦਾ ਮੇਨ ਚੌਂਕ ਆ ਸਾਰਾ, ਅਤੇ ਇੱਥੋਂ ਬਹੁਤ ਸੋਹਣਾ ਵਿਊ ਹੁੰਦਾ ਆ। ਇਹ ਨੱਡੀ ਦਾ ਮੇਨ ਚੌਂਕ ਆ, ਮਤਲਬ ਇੱਥੋਂ ਅੱਗੇ ਖਤਮ ਹੋ ਜਾਂਦਾ, ਕੋਈ ਰਸਤਾ ਨਹੀਂ ਜਾਂਦਾ, ਅਤੇ ਟਰੈਕ ਜਾਂਦਾ ਇੱਕ ਛੋਟਾ ਜਿਹਾ, ਅਤੇ ਪਰ ਇੱਥੇ ਇੱਕ ਵਿਊ ਦਿਖਾਉਣਾ ਤੁਹਾਨੂੰ ਬਹੁਤ ਘੈਂਟ ਆ। ਕਾਫੀ ਪੀਣ ਦਾ, ਮੈਗੀ ਖਾਣ ਦਾ ਬਹੁਤ ਮਜ਼ਾ ਆਉਂਦਾ। ਇੱਥੇ ਬਹਿ ਕੇ ਮੈਂ ਬਹੁਤ ਕਾਫੀ ਪੀਤੀ ਹੋਈ ਆ। ਫਾਇਦਾ ਆ ਕਿ ਜੇ ਤੁਸੀਂ ਸ਼ਾਂਤ ਜਿਹਾ ਮਾਹੌਲ ਲੱਭਦੇ ਹੋ, ਕਿ ਸ਼ਾਂਤ ਜਿਹਾ ਹੋਵੇ, ਕਿ ਮਤਲਬ ਕਰਾਊਡ ਨਾ ਹੋਵੇ ਜ਼ਿਆਦਾ, ਅਤੇ ਨੱਡੀ ਆ ਸਕਦੇ ਹੋ, ਵੀ ਇਹ ਸ਼ਾਂਤ ਜਿਹਾ ਹੁੰਦਾ। ਹੋਟਲ ਵੀ ਸਸਤੇ ਹੁੰਦੇ ਨੇ ਇੱਥੇ, ਤੁਸੀਂ ਇੱਥੇ ਰਹਿ ਸਕਦੇ। ਇਹ ਅਸੀਂ ਨੱਡੀ, ਇੱਥੇ ਨਾ ਇੱਕ ਲੇਕ ਆ ਵਾਹਵਾ ਫੇਮਸ ਆ, ਪਰ ਇਸ ਟਾਈਮ ਇਹਦੇ 'ਚ ਪਾਣੀ ਘੱਟ ਆ, ਮਤਲਬ ਹੈ ਨਹੀਂ, ਮਤਲਬ ਵਿੰਟਰਸ ਨੇ ਇਸ ਕਰਕੇ, ਅਤੇ ਅਦਰਵਾਈਜ਼ ਇਹਦੇ 'ਚ ਬਾਰਿਸ਼ਾਂ ਦਾ ਪਾਣੀ ਇਕੱਠਾ ਹੋ ਗਿਆ, ਬਹੁਤ ਸੋਹਣਾ ਇੱਥੇ ਬੋਟਿੰਗ ਵੀ ਹੋ ਜਾਂਦੀ ਹੈ ਤੁਹਾਨੂੰ। ਇਹ ਜਿੱਧਰੋਂ ਗੱਡੀਆਂ ਚੜ੍ਹ ਰਹੀਆਂ ਨੇ, ਇੱਧਰੋਂ ਆਪਾਂ ਆਏ ਸੀਗੇ, ਆਪਾਂ ਉੱਪਰ ਚੜ੍ਹ ਗਏ ਸੀ, ਪਰ ਸਿੱਧੇ ਚਲੇ ਜਾਓਗੇ ਤੁਸੀਂ ਮੈਕਲੋਡਗੰਜ ਚਲੇ ਜਾਓਗੇ, ਆਪਾਂ ਨੱਡੀ ਗਏ ਸੀਗੇ, ਅਤੇ ਬੋਰਡ ਲੱਗਿਆ ਹੋਇਆ। ਇਹ ਟਰੈਕ ਸ਼ੁਰੂ ਹੋਣ ਤੋਂ ਪਹਿਲਾਂ ਇੱਥੇ ਇਹਨਾਂ ਦੀ ਇੱਕ ਚੈੱਕ ਪੋਸਟ ਆ, ਉੱਥੇ ਤੁਹਾਨੂੰ ਐਂਟਰੀ ਕਰਨੀ ਪੈਂਦੀ ਹੈ, ਸਾਰਾ ਕੁਛ ਕਰਨਾ ਪੈਂਦਾ, ਤੁਹਾਨੂੰ ਤੁਹਾਡੇ ਆਈ ਡੀ ਕਾਰਡ ਚਾਹੀਦੇ ਹੁੰਦੇ ਆ, ਅਤੇ ਤੁਸੀਂ ਕਿੰਨੇ ਜਾਣੇ ਹੋ ਸਾਰਾ ਕੁਛ ਦੱਸਦੇ ਨੇ। ਫਾਈਨਲੀ ਅਸੀਂ ਥੱਲੇ ਆ ਗਏ 2.5 ਘੰਟਿਆਂ 'ਚ, ਅਤੇ ਅੱਗੇ ਭਾਈ ਫਿਰ ਉਤਰਨ ਲੱਗਿਆ ਟਾਈਮ ਘੱਟ ਲੱਗਿਆ, ਉਤਰਨ ਲੱਗਿਆ ਟਾਈਮ ਘੱਟ ਲੱਗਿਆ। ਅਤੇ ਹਾਂਜੀ ਵੀ ਦੋਸਤੋ, ਅਸੀਂ ਥੋੜ੍ਹੀ ਜਿਹੀ ਰੈਸਟ ਕੀਤੀ ਆ, ਅਤੇ ਹੁਣ ਅਸੀਂ ਚੱਲੇ ਹਾਂ ਵਾਟਰਫਾਲ ਦੇ ਉੱਤੇ, ਅਤੇ ਥੋੜ੍ਹੀ ਜਿਹੀ ਮਾਰਕੀਟ ਐਕਸਪਲੋਰ ਕਰਾਂਗੇ ਕਿਵੇਂ ਦੀ ਆ ਇੱਥੇ, ਅਤੇ ਖਾਣਾ ਪੀਣਾ ਕਿਵੇਂ ਦਾ ਆ ਉਹਦੇ ਬਾਰੇ ਦੱਸਾਂਗੇ। ਮੱਗਿਆ ਥਕਾਵਟ ਲੱਥ ਗਈ ਕਿ ਨਹੀਂ? ਲੱਥ ਗਈ ਭਾਈ ਥਕਾਵਟ, 2 ਘੰਟੇ ਅਸੀਂ ਰੈਸਟ ਕੀਤੀ ਆ ਕੇ ਰੂਮ ਲੈ ਕੇ, ਅਤੇ ਆਪਾਂ ਹੁਣ ਚੱਲਦੇ ਹਾਂ ਵਾਟਰਫਾਲ 'ਤੇ। ਇਹ ਪਾਰਕਿੰਗ ਆ ਸਾਰੀ, ਤੁਸੀਂ ਇੱਥੇ ਕਾਰਾਂ ਪਾਰਕ ਕਰ ਸਕਦੇ ਹੋ ਆਪਣੀਆਂ, ਕਿਉਂਕਿ ਵਾਟਰਫਾਲ ਤੱਕ ਤੁਹਾਨੂੰ ਧੋ ਕੇ ਜਾਣਾ ਪਊਗਾ। ਤੁਸੀਂ ਇੱਥੋਂ ਬਾਅਦ 'ਚ ਦੇ ਨਾਲ ਵਾਲਾ ਸਲਾਹ ਲੈ ਸਕਦੇ ਹੋ, ਕਿਉਂਕਿ ਵਾਟਰਫਾਲ ਨੂੰ ਜਾਂਦਾ ਆ। ਇੱਥੇ ਇੱਦਾਂ ਦੀਆਂ ਮਾਰਕੀਟਸ ਵੀ ਹੈਗੀਆਂ ਛੋਟੀਆਂ ਛੋਟੀਆਂ, ਤੁਸੀਂ ਸ਼ੋਪਿੰਗ ਕਰ ਸਕਦੇ ਹੋ। ਇੱਕ ਟ੍ਰੈਡੀਸ਼ਨਲ ਮੰਦਰ ਵੀ ਨੇ, ਉੱਥੇ ਵੀ ਜਾ ਸਕਦੇ ਹੋ।
ਇੱਥੇ ਤੁਸੀਂ ਨਹਾ ਵੀ ਸਕਦੇ ਹੋ, ਇਹਦੇ ਨਾਲ ਹੀ ਤੁਸੀਂ ਫਿਰ ਇੱਥੋਂ ਨਿਕਲ ਸਕਦੇ ਹੋ ਉਹਦੇ ਵਾਸਤੇ ਵਾਟਰਫਾਲ ਲਈ। ਜਿਹੜਾ ਸਾਰਾ ਵੇ ਹੈ ਵਾਟਰਫਾਲ ਹੀ ਜਾਂਦਾ, ਉਹ ਵਾਟਰਫਾਲ ਆ ਉੱਥੇ। ਸਾਹਮਣੇ ਵਾਟਰਫਾਲ ਆ, ਪਾਣੀ ਬਹੁਤ ਘੱਟ ਆ, ਥੋੜ੍ਹੇ ਰਹਿ ਗਿਆ ਵਾਟਰਫਾਲ ਤੋਂ ਇੱਦਾਂ ਇੱਥੋਂ। ਅਤੇ ਤੁਹਾਨੂੰ ਇੱਕ ਕੈਫੇ ਦਿਖਾਉਂਦਾ ਹੈ, ਬੜਾ ਵਧੀਆ ਹੈ, ਤੁਸੀਂ ਉੱਥੇ ਬਹਿ ਸਕਦੇ ਹੋ। ਸ਼ਿਵਮ ਕੈਫੇ ਉਸਦਾ ਨਾਂ ਹੈ। ਇਹ ਵਾਟਰਫਾਲ ਆ, ਇਹਦੇ ਉੱਪਰ ਉਹ ਕੈਫੇ ਦਿਖਦਾ ਗ੍ਰੀਨ ਕਲਰ ਵਾਲਾ, ਇਹ ਸ਼ਿਵਮ ਕੈਫੇ ਆ। ਬਾਕੀ ਵਾਟਰਫਾਲ ਦੇ ਪਾਣੀ ਵੀ ਨਹੀਂ ਇੰਨਾ ਹੈਗਾ, ਬਾਈ ਮੇਰਾ ਨਾਲ ਵਾਲਾ ਥੱਕਿਆ ਪਿਆ ਟਰੈਕਿੰਗ ਕਰਕੇ ਕੱਲ੍ਹ ਦੀਆਂ, ਅਤੇ ਕਹਿ ਰਿਹਾ ਕਿ ਨਾ ਹੀ ਜਾਈਏ, ਅਤੇ ਕਹਿੰਦਾ ਕਿ ਮੈਂ ਥੱਕਿਆ ਪਿਆ, ਮੈਂ ਤਾਂ ਜਾ ਨਹੀਂ ਰਿਹਾ। ਅਤੇ ਫਿਰ ਮੈਂ ਸੋਚ ਰਿਹਾ ਕਿ ਮੈਂ ਵੀ ਇਹਨੂੰ ਛੱਡ ਕੇ ਕਿਉਂ ਜਾਵਾਂ, ਅਤੇ ਇਹਨੂੰ ਚੰਗਾ ਕਿ ਅਸੀਂ ਮਾਰਕੀਟ ਐਕਸਪਲੋਰ ਕਰ ਲਈਏ ਅਤੇ ਉੱਥੇ ਘੁੰਮ ਲਈਏ। ਇੱਕ ਹੋਰ ਬਹੁਤ ਵਧੀਆ ਕੈਫੇ ਆ ਬਹਿਣ ਵਾਸਤੇ ਈਵਨਿੰਗ ਵਾਸਤੇ, ਅਤੇ ਮੈਂ ਬਹੁਤ ਚਿਰ ਬਹਿਣਾ ਹੁੰਦਾ, ਤੁਹਾਨੂੰ ਉਹ ਦਿਖਾ ਦਿੰਦੇ ਹਾਂ। ਆ ਜਾਓ ਆਪਾਂ ਚੱਲਦੇ ਹਾਂ। ਇਹ ਇੱਥੋਂ ਤੱਕ ਦਾ ਸੀਗਾ, ਅਤੇ ਮਤਲਬ 15 to 30 ਮਿੰਟਸ ਲੱਗਦੇ ਨੇ ਇੱਥੇ ਆਉਣ ਵਾਸਤੇ, ਜ਼ਿਆਦਾ ਨਹੀਂ ਹੈਗਾ, ਬਟ ਜ਼ਿਆਦਾ ਸਮਰਸ ਦੇ ਵਿੱਚ ਜ਼ਿਆਦਾ ਬੈਨੀਫਿਟ ਹੁੰਦਾ ਇੱਥੇ ਆਉਣ ਦਾ, ਉਦੋਂ ਨਹਾ ਵੀ ਲਈਦਾ। ਸੋਰੀ ਵੀ ਦੋਸਤੋ, ਵਾਟਰਫਾਲ ਤੱਕ ਨਹੀਂ ਜਾ ਸਕੇ ਬਿਕੋਜ਼ ਦਲਵੀਰ ਸਿੰਘ ਕਰਕੇ, ਅਤੇ ਬਾਕੀ ਵੈਸੇ ਮੈਂ ਵੀ ਥੱਕਿਆ ਆਇਆ ਸੀਗਾ, ਨੋ ਡਾਊਟ, ਕਿਉਂਕਿ ਕੱਲ੍ਹ ਦੀ ਟਰੈਕਿੰਗ ਕਰਕੇ ਉੱਤੇ ਠੰਡ ਵੀ ਬਹੁਤ ਜ਼ਿਆਦਾ ਸੀਗੀ। ਅਤੇ ਆ ਜਾਓ ਆਪਾਂ ਤੁਹਾਨੂੰ ਕਿਤੇ ਕੈਫੇ 'ਚ ਲੈ ਕੇ ਚੱਲਦੇ ਹਾਂ ਵਧੀਆ ਜਿਹੇ 'ਚ, ਅਤੇ ਇਹ ਨੈਕਸਟ ਟਾਈਮ ਸਹੀ ਜਦੋਂ ਫਿਰ ਮੈਂ ਕਦੇ ਆਊਂਗਾ ਫਿਰ ਪੂਰਾ ਐਕਸਪਲੋਰ ਕਰ ਦੂੰਗਾ ਇਹਨੂੰ। ਬਾਕੀ ਤੁਸੀਂ ਸਮਰ 'ਚ ਆਉਣ ਦੀ ਟਰਾਈ ਕਰਿਓ ਇੱਥੇ, ਕਿਉਂ ਬੱਗੇ ਸੇਠ। ਦੋਸਤੋ ਜਿਹੜਾ ਤੁਸੀਂ ਦੇਖਿਆ ਇਹ ਮੇਨ ਚੌਂਕ ਆ ਮਕਲੋੜਗੰਜ ਦਾ, ਇੱਥੋਂ 3 ਰਸਤੇ ਚਲੇ ਜਾਂਦੇ ਨੇ, ਇੱਕ ਬਾਜ਼ਾਰ ਮਾਰਕੀਟ ਨੂੰ ਚਲਿਆ ਜਾਂਦਾ, ਅਤੇ ਇੱਕ ਵਾਟਰਫਾਲ ਨੂੰ ਚਲਿਆ ਜਾਂਦਾ, ਇੱਕ ਧਰਮਕੋਟ ਨੂੰ ਚਲਿਆ ਜਾਂਦਾ। ਅਤੇ ਜਿੱਧਰੋਂ ਮੈਂ ਸਟਾਰਟ ਕੀਤਾ ਸੀਗਾ ਆਹੜੀ ਸਾਈਡ ਆ ਮੇਰੇ ਬੈਕ ਸਾਈਡ, ਇਹ ਜਿਹੜਾ ਆ ਇਹ ਆਪਣੇ ਉੱਧਰੋਂ ਪਿੱਛੋਂ ਆਉਂਦਾ ਹੈ, ਮਤਲਬ ਧਰਮਸ਼ਾਲਾ ਵੱਲੋਂ। ਇੱਥੋਂ ਤੁਹਾਨੂੰ ਮਕਲੋੜਗੰਜ 'ਚ ਮੋਸਟਲੀ ਵਿੰਟਰਸ ਦਾ ਹੀ ਸਟੱਫ ਮਿਲੂਗਾ, ਜੈਕਟਸ ਹੋ ਗਈਆਂ, ਸਵੈਟਰ ਹੋ ਗਏ, ਮਤਲਬ ਇੱਦਾਂ ਦਾ ਸਮਾਨ ਬਹੁਤ ਮਿਲਦਾ, ਬਹੁਤ ਵਧੀਆ ਵਧੀਆ ਜਿਹਾ। ਧਰਮਕੋਟ ਪਹੁੰਚ ਚੁੱਕੇ ਹਾਂ, ਇੱਥੇ ਕੈਫੇ ਇੱਕ ਬਹੁਤ ਸੋਹਣਾ, ਮਤਲਬ ਤੁਸੀਂ ਉੱਥੇ ਕਾਫੀ ਵਗੈਰਾ ਆਪਣਾ ਇੰਜੋਏ ਕਰ ਸਕਦੇ ਹੋ। ਇਹ ਧਰਮਕੋਟ ਦਾ ਮੇਨ ਚੌਂਕ, ਇਹ ਧਰਮਕੋਟ ਦਾ ਮੇਨ ਚੌਂਕ ਆ, ਤੁਸੀਂ ਇੱਥੋਂ ਥੱਲੇ ਨੂੰ ਚਲੇ ਜਾਣਾ।
ਇਹ ਸੀਗਾ ਉਹ ਕੈਫੇ ਜਿਹਦੇ ਬਾਰੇ ਮੈਂ ਗੱਲ ਕਰਦਾ ਸੀਗਾ। ਬਹੁਤ ਵਧੀਆ ਲੋਕੇਸ਼ਨ 'ਤੇ ਤੁਸੀਂ ਦੇਖ ਵੀ ਰਹੇ ਹੋਵੋਗੇ ਅਤੇ ਇੱਥੇ ਜ਼ਰੂਰ ਵਿਜ਼ਿਟ ਕਰਿਓ ਜੇ ਤੁਸੀਂ ਆਏ ਹੋਏ ਹੋ। ਅਤੇ ਬਾਕੀ ਤੁਹਾਨੂੰ ਇਹਦੇ ਬਾਰੇ ਇਨਫੋਰਮੇਸ਼ਨ ਮੈਂ ਦੇ ਦੂੰਗਾ। ਮੈਂ ਇਸ ਟਾਈਮ ਪੀਜ਼ਾ ਔਡਰ ਕੀਤਾ ਹੋਇਆ ਇਹਨਾਂ ਦਾ ਅਤੇ ਕਾਫੀ ਬਹੁਤ ਅੱਛੀ ਆ ਅਤੇ ਸੈਂਡਵਿਚ ਔਡਰ ਕੀਤੇ ਹੋਏ ਨੇ। ਬਾਕੀ ਤੁਸੀਂ ਵਿਊ ਦੇਖ ਹੀ ਸਕਦੇ ਹਾਂ ਕਿੱਡਾ ਘੈਂਟ ਆ। ਹਾਂਜੀ ਵੀ ਦੋਸਤੋ, ਤੁਸੀਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਇਸ ਟਾਈਮ ਘੁੰਮ ਰਹੇ ਹਾਂ ਮਕਲੋੜਗੰਜ, ਅਤੇ ਹੁਣ ਜਾ ਕੇ ਆਏ ਸੀਗੇ ਅਤੇ ਇਹ ਮਕਲੋੜਗੰਜ ਦਾ ਸਾਰੀ ਲੋਕੇਸ਼ਨਾਂ ਸੀਗੀਆਂ ਜਿਹੜੀਆਂ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਪਾ ਦਿੱਤੀਆਂ। ਅਤੇ ਹੁਣ ਜਿਹੜਾ ਅੱਜ ਦਾ ਕੈਫੇ ਸੀਗਾ ਮੇਰਾ ਬੈਸਟ ਪਲੇਸ ਆ ਬਹਿ ਕੇ ਖਾਣ ਪੀਣ ਵਾਸਤੇ, ਕਿਉਂਕਿ ਮੈਂ ਇੱਥੇ ਆਲਵੇਜ਼ ਆਉਣਾ ਅਤੇ ਬਹਿਣਾ ਸੀਗਾ। ਅਤੇ ਬਾਕੀ ਇਹਦੀ ਲੋਕੇਸ਼ਨ ਵੀ ਮੈਂ ਜ਼ਰੂਰ ਸ਼ੇਅਰ ਕਰੂੰਗਾ। ਬਾਕੀ ਤੁਹਾਨੂੰ ਕਦੀ ਵੀ ਕੋਈ ਇਨਫੋਰਮੇਸ਼ਨ ਚਾਹੀਦੀ ਹੋਵੇ ਕਿਤੇ ਘੁੰਮਣ ਜਾਣ ਵਾਸਤੇ ਜਾਂ ਕੋਈ ਸ਼ੋਪਿੰਗ ਦੇ ਰਿਲੇਟਡ ਜਾਂ ਫੂਡ ਕੈਫੇ ਦੇ ਰਿਲੇਟਡ, ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਜਾਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ। ਦੇ ਅੰਡਰਸਕੋਰ ਕਰਨ ਦੇ ਨਾਮ 'ਤੇ ਮੇਰਾ ਇੰਸਟਾਗ੍ਰਾਮ ਅਕਾਊਂਟ ਆ, ਸਨੈਪਚੈਟ ਵੀ ਮੇਰਾ ਹੈਗਾ ਸੇਮ ਨਾਮ ਦੇ ਉੱਤੇ ਹੀ। ਅਤੇ ਬਾਕੀ ਕਿੰਨਾ ਖਰਚਾ ਆਇਆ ਇੱਥੇ ਪਰ ਪਰਸਨ? 5,000 ਰੁਪਇਆ ਜਾਣੇ ਦਾ। ਜਿਹੜੇ ਹੋਟਲ ਸੀਗੇ ਉਹ ਕੋਈ 1,000 ਰੁਪਏ ਤੋਂ ਸ਼ੁਰੂ ਹੋ ਕੇ ਅੱਗੇ ਤੁਹਾਡੀ ਮਰਜ਼ੀ ਆ, ਤੁਸੀਂ ਜਿੰਨੇ ਮਰਜ਼ੀ ਮਹਿੰਗੇ ਵੀ ਲੈ ਸਕਦੇ ਹੋ। ਬਾਕੀ ਵਿੰਟਰਸ ਦੇ ਵਿੱਚ ਆਕਸੀਜਨ ਹੁੰਦਾ, ਤੁਹਾਨੂੰ ਸਸਤੇ ਹੀ ਮਿਲ ਜਾਂਦੇ ਆ। ਹਾਂਜੀ ਵੀ ਦੋਸਤੋ, ਇਹ ਸੀਗਾ ਅੱਜ ਦਾ ਵਲੌਗ। ਕਿਵੇਂ ਦਾ ਲੱਗਿਆ ਜ਼ਰੂਰ ਦੱਸਿਓ ਕਮੈਂਟ ਕਰਕੇ, ਅਤੇ ਲਾਈਕ ਜ਼ਰੂਰ ਕਰਿਓ ਅਤੇ ਬੈੱਲ ਬਟਨ ਵੀ ਜ਼ਰੂਰ ਪ੍ਰੈਸ ਕਰਿਓ, ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜਿਹਨਾਂ ਨੇ ਨਹੀਂ ਕੀਤਾ ਹੋਇਆ। ਇੱਦਾਂ ਦੀ ਇਨਫੋਰਮੇਸ਼ਨ, ਇੱਦਾਂ ਦੇ ਵਲੌਗਸ ਮੈਂ ਹੋਰ ਅਪਲੋਡ ਕਰਦਾ ਰਹੂੰਗਾ। ਥੈਂਕ ਯੂ ਸੋ ਮੱਚ ਫੋਰ ਵਾਚਿੰਗ ਦਿਸ ਵਲੌਗ। ਮਿਲਦੇ ਹਾਂ ਨਵੇਂ ਵਲੌਗ।